एक बई कुछ भी घटना होंगी पंजाब दे विच दिल्ली पुलिस हर किसी नूं फड़दी आ। मतलब एक चीज़ तो पक्की होगी भी पंजाब चो चाहे कोई गैंगस्टर भजे चाहे कोई वारदात हो जाए जिहड़े कातल जां सुभाविक मुजरम कहिए जिन्हां ते दोष लगणगे ऐं भी कह सकदा सीधा कातल ना भी कहिए तां ਉਹ ਬੰਦੇ ਦਿੱਲੀ ਪੁਲਿਸ ਹੀ ਫੜਦੀ ਆ ਆਪਣੇ ਵਾਲੇ। ਮੈਂ ਪਹਿਲਾਂ ਵੀ ਇੱਕ ਬੰਦੇ ਨੂੰ ਇਹ ਸਵਾਲ ਪੁੱਛਿਆ ਆਪਣੇ ਵਾਲੀ ਬਾਲੇ ਨੂੰ ਕੰਮ ਕਿ ਉਹ ਬਾਲੇ ਤੇਜ਼ ਆ, ਗੱਲ ਕੀ ਆ? ਗੱਲ ਅਸਲ ਨਵਰੀ ਤਾਂ ਪਤਾ ਕੀ ਆ, ਦੇਖੋ ਇਹ ਨਹੀਂ ਹੈਗਾ ਕਿ ਪੰਜਾਬ ਪੁਲਿਸ ਨਕੰਮੀ ਹੈ ਜਾਂ ਪੰਜਾਬ ਪੁਲਿਸ ਫੇਲ ਹੋ ਗਈ। ਪੰਜਾਬ ਪੁਲਿਸ ਦਾ ਸ਼ੱਕਾ ਮੈਨੂੰ ਲੱਗਦਾ ਕਿ ਭਾਰਤ ਨਹੀਂ ਦੁਨੀਆ 'ਚ ਵੀ ਡੰਕਾ ਵੱਜਿਆ। ਦਲੇਰ ਵੀ ਹੈਗੇ, ਯੂਰਤ ਵੀ ਰੱਖਦੇ, ਕੰਮ ਕਰਨ ਦਾ ਸਲੀਕਾ ਤਰੀਕਾ ਵੀ ਹੈਗਾ, ਤੇਜ਼ ਤਰਾਰ ਵੀ ਹੈਗੇ। पर हैरानी वाली गल देखो कि कतल पंजाब च हुंदा, जिम्मेवारी कोई बाहरले मुल्क च बैठा लैंदा ते फड़दी दिल्ली पुलिस है। हुण इह सारे बरतारे नूं समझो कि पंजाब नूं अलग थलग करन लई पंजाब दे विच खाना जंगी दा माहौल एक जिहड़ा बनाया जा रहा, असिरता पैदा कीती जा रही है पंजाब दे अंदर, इह क्यों हो रहा? इह किवें हो सकदा? ਟੀਨੂ ਭੱਜਦਾ ਜੀ ਮਾਨਸਾ ਪੁਲਿਸ ਤੋਂ, ਫੜਦੇ ਰਾਸਤਾ ਅੱਜ ਦਿੱਲੀ ਪੁਲਿਸ ਵਾਲੇ ਆ। ਆ ਪ੍ਰੇਮੀ ਦਾ ਕਤਲ ਹੁੰਦਾ ਜੀ, ਦੂਜੇ ਦਿਨ ਹੀ ਆ ਕੇ ਫੜ ਲੈਂਦੇ ਦਿੱਲੀ ਸਪੈਸ਼ਲ ਸੈੱਲ ਵਾਲੇ ਜੀ। ਔਰ ਮੈਂ ਹੈਰਾਨ ਹਾਂ ਉਹ ਸਪੈਸ਼ਲ ਸੈੱਲ ਦਾ ਇੰਚਾਰਜ ਬਿਆਨ ਦੇ ਰਿਹਾ, ਇੰਟਰਵਿਊ ਕਰ ਰਿਹਾ ਕਿ ਜੀ ਸਾਡੇ ਕੋਲ ਜਤਿੰਦਰ ਦੀ ਪੁਰਾਣੀ ਇੱਕ ਫੋਟੋ ਸੀ, ਜਦੋਂ ਦੇਖੀ ਜਤਿੰਦਰ ਦੀ ਫੋਟੋ ਆ ਗਈ, ਇਹ ਸਾਨੂੰ ਪਹਿਲਾਂ ਕਈ ਮਾਮਲਿਆਂ 'ਚ ਲੋੜੀਦਾ ਸੀ ਅਤੇ ਅਸੀਂ ਇਹਦਾ ਪਿੱਛਾ ਕੀਤਾ ਫੜ ਲਿਆ। ਅੱਛਾ ਪਿੰਡ 'ਚ ਪਤਾ ਵੀ ਨਹੀਂ ਲੱਗਦਾ, ਜਦੋਂ ਦਿੱਲੀ ਪੁਲਿਸ ਉਹਨੂੰ ਫੜ ਕੇ ਲਿਆ ਤਿੰਨਾਂ ਨੂੰ ਪਿੰਡ 'ਚ ਨਹੀਂ ਕੋਈ ਪਤਾ ਲੱਗਦਾ ਵੀ ਕੀ ਕੰਮ ਗੱਲਬਾਤ। ਜਿਵੇਂ ਚੁੱਪ ਕਰਕੇ ਆਪਾਂ ਜਵਾਕ ਨੂੰ ਚੱਕ ਕੇ ਲੈ ਜਾਣਾ ਹੁੰਦਾ ਤਾਂ ਇਹ ਜਿਹੜਾ ਸਿਸਟਮ ਵਾਪਰ ਰਿਹਾ ਤਾਂ ਇਹਦਾ ਜਿਹੜਾ ਆਪਾਂ ਨੂੰ ਫਾਇਦਾ ਇਹੋ ਜਿਹੀਆਂ ਗੱਲਾਂ ਦਾ, ਉਹ ਆਲ ਓਵਰ ਕਿਹਨੂੰ ਹੋਣਾ ਜਾ ਕੇ? ਇਹ ਸੋਚੋ ਨਾ ਕਿ ਜੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣਦਾ ਤਾਂ ਉਹਦਾ ਫਾਇਦਾ ਕਿਹਨੂੰ ਹੋਣਾ ਅਤੇ ਉਹ ਕਰਾ ਕੌਣ ਰਿਹਾ? ਮੈਂ ਤਾਂ ਪਹਿਲੇ ਦਿਨ ਤੋਂ ਇਹ ਗੱਲ ਕਹਿੰਦਾ ਆ ਰਿਹਾ ਕਿ ਸਿੱਧੂ ਮੂਸੇਵਾਲ ਦਾ ਕਤਲ ਹੋਣਾ ਪਿੱਛੇ ਏਜੰਸੀਆਂ ਦਾ ਹੱਥ, ਆਹ ਜਿਹੜਾ ਕੰਮ ਵਾਪਰ ਰਿਹਾ ਸਾਰਾ ਏਜੰਸੀਆਂ ਦਾ ਕਰਕੇ ਵਾਪਰ ਰਿਹਾ। ਉਹਨਾਂ ਦੇ ਬੰਦੇ ਉਹਦੀਆਂ ਆ ਕੇ ਉਹ ਪੇਸ਼ ਹੁੰਦੇ ਨੇ ਸੈਟਿੰਗ ਦੇ ਨਾਲ ਜਾਂ ਉਹ ਕੀ ਉਹਨਾਂ ਦਾ ਕੰਮ ਚੱਲ ਰਿਹਾ, ਇਹ ਸਾਰੀ ਗੱਲ ਉੱਥੇ ਖੜੀ ਹੈ। ਲੱਖੇ ਬਾਈ ਜੇ ਉਹਨਾਂ ਨੇ ਫੜ ਲਿਆ, ਮੰਨ ਲਓ ਆਪਾਂ ਇਹ ਵੀ ਮੰਨ ਗਏ ਹੁਣ ਜਿਵੇਂ ਇੱਕ ਗੈਂਗਸਟਰ ਭੱਜਣ ਵਾਲਾ ਟੀਨੂ ਵਾਲਾ ਮਸਲਾ ਸੀਗਾ, ਮੰਨ ਲਓ ਦਿੱਲੀ ਵਾਲਿਆਂ ਨੇ ਫੜ ਲਿਆ, ਪਰ ਹੁਣ ਭਜਾਉਣ ਦੇ ਇਲਜ਼ਾਮ ਤਾਂ ਪੰਜਾਬ ਪੁਲਿਸ ਦੇ ਇੱਕ ਆਪਦੇ ਬੰਦੇ 'ਤੇ ਹੀ ਲੱਗ ਗਏ। ਬਿਲਕੁਲ, ਮੈਂ ਉਹੀ ਤਾਂ ਕਹਿੰਦਾ ਉਹੀ ਪੰਜਾਬ ਪੁਲਿਸ ਦਾ ਇੰਚਾਰਜ, CA ਇੰਚਾਰਜ। ਕਿੰਨੀਆਂ ਵੀਡੀਓ ਉਹਦੀਆਂ ਆਈਆਂ ਹੁਣ? ਹਾਂ, ਉਹ ਕਲੱਬ 'ਚ ਵਾਲੀਆਂ, ਕਲੱਬਾਂ ਦੇ ਵਿੱਚ ਨੱਚਦਾ ਫਿਰਦਾ, ਉੱਥੇ ਸੇਵਾ ਕਰਾਉਂਦਾ ਫਿਰਦਾ। ਮੈਂ ਇਹ ਦੇਖਦਾ ਵਰੀਤ, ਇਸ ਕਹਾਣੀ ਦੇ ਵਿੱਚ ਭਰਾ ਮਿਲਿਆ ਲੱਖਾਂ ਨਹੀਂ ਕਰੋੜਾਂ ਰੁਪਈਆਂ ਦੀ ਗੇਮ ਚੱਲੀ ਆ। ਜਿੰਨਾ ਮੂਸੇਵਾਲੇ ਦਾ ਕਤਲਕਾਂਡ ਹੋਇਆ ਇਹ 'ਚ ਕਰੋੜਾਂ ਰੁਪਈਆ ਘੁੰਮਿਆ, ਇਸੇ ਕਰਕੇ ਕਿਸੇ ਨੂੰ ਹੱਥ ਤੱਕ ਨਹੀਂ ਲਾਇਆ ਗਿਆ, ਇਸੇ ਕਰਕੇ ਸਾਰਿਆਂ ਨੂੰ ਸਹੂਲਤਾਂ ਇਹਨਾਂ ਨੂੰ ਹਵਾਲਾਤਾਂ 'ਚ ਵੀ ਦਿੱਤੀਆਂ ਗਈਆਂ, ਜੇਲ੍ਹਾਂ 'ਚ ਵੀ। ਅੱਜ ਉਹਨਾਂ ਕੋਲ ਫੋਨ ਆਪਾਂ ਦੇਖਿਆ ਨਾ, ਕੱਲ੍ਹ ਇੱਕ ਜੇਲ੍ਹ ਸਟੂਡੈਂਟ ਫੜ ਲਿਆ, ਡਿਪਟੀ ਸਟੂਡੈਂਟ ਫੜ ਲਿਆ, ਪਹਿਲਾਂ ਵੀ ਕਈ ਕਾਰਵਾਈਆਂ ਜਿਹੜੇ ਹੋ ਰਹੇ ਨੇ। ਅਸਲ ਪੈਸਾ ਹੀ ਇੰਨਾ ਅੰਨਾ ਧੱਕਿਆ ਗਿਆ ਇਸ ਮਸਲੇ ਦੇ ਵਿੱਚ ਕਿ ਸਾਰਿਆਂ ਦੀਆਂ ਅੱਖਾਂ ਹੀ ਬੰਦ ਹੋ ਗਈਆਂ, ਜਿਹੜੇ ਵੀ ਇੱਥੇ ਇੰਚਾਰਜ ਸੀਗੇ ਲੱਗੇ ਵੀ। ਦੱਸ ਦਿਓ ਮੈਨੂੰ ਕਿਸੇ ਜਿਹੜੇ ਵੀ ਬੰਦਿਆਂ ਨੇ ਫੜਿਆ ਕਿਸੇ ਨੂੰ, ਕੋਈ ਕਿੱਡਾ ਕਿੰਨਾ ਨੇ ਟੋਰਚਰ ਕੀਤਾ ਜਾਂ ਕਿੰਨਾ ਕਹਿੰਦਾ ਨੇ ਮਨਵਾ ਲਿਆ ਜਾਂ ਕਿੰਨੀ ਗੱਲ ਦੀ ਤਹਿ ਤੱਕ ਪਹੁੰਚ ਗਿਆ। ਮੈਂ ਪਹਿਲਾਂ ਗੱਲ ਕੀਤੀ ਹੈ ਕਿ ਸਾਰੀ ਕਹਾਣੀ ਨੂੰ ਤੁੱਥ ਮੁੱਥ ਕਰਕੇ ਬਸ ਗਲੋਂ ਗਲਾਂ ਵਾਲਾ ਉਹਨਾਂ ਵਾਲੀ ਗੱਲ ਕੀਤੀ ਹੈ, ਕੋਈ ਜਾਂਚ ਨਹੀਂ ਪੜਤਾਲ ਨਹੀਂ ਡੂੰਘਾਈ ਤੱਕ ਵੀ ਇਹ ਬੰਦੇ ਕਿੱਥੋਂ ਆਏ, ਇਹ ਕਿਸਮ ਤਾਲੀ ਕਿੱਥੋਂ ਆਈ, ਇਹਦੇ ਪਿੱਛੇ ਕੌਣ ਨੇ, ਕਿਹੜੀਆਂ ਤਾਕਤਾਂ ਨੇ। ਤਾਕਤਾਂ ਤਾਂ ਉਹੀ ਨੇ ਮਾਨ ਸਾਹਿਬ, ਤਾਂ ਕਹਿੰਦੇ ਆਲਮੋਸਟ ਅਸੀਂ ਸਾਰੇ ਜਿਹੜੇ ਬੰਦੇ ਸੀਗੇ ਮੇਨ ਅਕਿਊਜ਼ਡ ਉਹ ਤਾਂ ਫੜ ਹੀ ਲਏ। ਕਹਿੰਦੇ ਕੋਈ ਫੜ ਲੈ ਦੀ ਗੱਲ ਨਹੀਂ ਨਾ, ਅਸਲ ਜੜ ਤਾਂ ਫੜੋ ਨਾ, ਮੋਹਰਾ ਫੜ ਲਿਆ ਤੁਸੀਂ, ਅਸਲ ਚਲਾਉਣ ਵਾਲਾ ਕੌਣ ਆ ਪਿੱਛੇ, ਉਹ ਕੋ ਕਿੱਥੇ ਲੋਕਾਂ ਨੂੰ ਸਮਝ ਜਾਊਗੀ ਜੜ? ਵੈਸੇ ਨਹੀਂ ਜਾਣੀ ਆਹ ਕੀ ਹੋਇਆ ਇੱਥੇ, ਤੁਸੀਂ ਦੇਖੋ ਸਰਸੇ ਵਾਲੇ ਸਾਧ ਨੂੰ, ਸਰਸੇ ਵਾਲੇ ਇੱਥੇ ਆ ਜਾਂਦੀ ਹੈ ਗੱਲ, ਸਰਸੇ ਵਾਲੇ ਸਾਧ ਨੂੰ ਜਾਣ ਬੁੱਝ ਕੇ ਛੁੱਟੀ ਦੇ ਕੇ, ਛੁੱਟੀ ਦਵਾ ਕੇ ਉੱਥੋਂ, ਇੱਕ ਬਲਾਤਕਾਰੀ ਬੰਦਾ, ਕਾਤਲ ਬੰਦਾ, ਉਹਨੂੰ ਛੁੱਟੀਆਂ ਵੀ ਮਿਲ ਰਹੀਆਂ ਨੇ ਬਾਈ। ਸਾਡੇ ਬੰਦੇ ਨੂੰ ਅਸੀਂ ਵਾਰ ਵਾਰ ਜ਼ਿਕਰ ਕਰਦੇ ਹਾਂ, ਛੁੱਟੀਆਂ ਕਿਹੜੀਆਂ ਛੁੱਟੀਆਂ, ਕਿਹੜੀਆਂ ਰਿਹਾਈਆਂ, 40-40 ਸਾਲ ਹੋ ਗਏ ਅੰਦਰ, ਪੂਰੀਆਂ ਵੀ ਕਰ ਲਈਆਂ ਸਜ਼ਾਵਾਂ। ਅੱਜ ਅੱਗੇ ਜਾਓ ਵਰਗਾਂ ਦੇ ਕੇਸ ਹੀ ਨਹੀਂ, ਟ੍ਰਾਇਲ ਹੀ ਨਹੀਂ ਚਲਾਇਆ ਗਿਆ, 5-5 ਸਾਲ 5.5 ਸਾਲ ਦਾ ਸਮਾਂ ਹੋ ਗਿਆ। ਇੱਦੋਂ ਧੱਕਾ ਕੀ ਹੋ ਸਕਦਾ? ਅੱਛਾ ਦੇਖੋ ਤੁਸੀਂ ਮੂਸੇ, ਆਪਾਂ ਗੱਲ ਕਰਦੇ ਹਾਂ ਦੀ ਸਰਸੇ ਸਾਹਿਬ ਦੀ, ਇਹ ਆਉਂਦਾ ਤੁਸੀਂ, ਤੁਹਾਡੇ ਯਾਦ ਹੋਣਾ ਇੱਕ ਵਾਰੀ ਨਾ ਚਟਾਲਾ ਸੀਗਾ ਜਿਹੜਾ, ਉਹ ਛੁੱਟੀ ਆਇਆ ਜੇਲ੍ਹ 'ਚੋਂ ਅਤੇ ਉਹ ਕਿਸੇ ਰਾਜਨੀਤਿਕ ਸਮਾਗਮ ਚਲੇ ਗਿਆ ਸੀ। ਹਾਂ, ਸਭਾ 'ਚ ਚਲੇ ਗਏ ਸੀ। ਹਾਂ, ਅਤੇ ਉਹਨੂੰ ਹਦਾਇਤ ਹੋਈ ਕੋਰਟ ਵੱਲੋਂ ਵੀ ਅਤੇ ਪ੍ਰਸ਼ਾਸਨ ਵੱਲੋਂ ਵੀ,
ਵੀ ਤੂੰ ਛੁੱਟੀ ਆਇਆ ਆਪਦੇ ਘਰੇ ਬੈਠ ਕੇ ਕੱਟ ਤੂੰ ਸਮਾਗਮ ਨਹੀਂ ਕੋਈ ਜਾ ਸਕਦਾ ਰਾਜਨੀਤਿਕ ਨਾ ਸਮਾਜਿਕ ਕੋਈ ਸਮਾਗਮ ਤੇ ਨਹੀਂ ਜਾ ਸਕਦਾ ਤੂੰ ਸਹੀ ਹੈ ਚੰਗੀ ਤਰ੍ਹਾਂ ਇੱਕ ਸਾਧ ਜਿਹੜਾ ਬਲਾਤਕਾਰੀ ਜਿਹੜਾ ਕਾਤਲ ਆ ਉਹ ਆ ਕੇ ਮਜਮੇ ਲਾਉਂਦਾ ਹੈ ਸੰਗਤ ਨੂੰ ਆਦਮੀ ਨੂੰ ਕਹਿੰਦੇ ਸੰਬੋਧਨ ਕਰ ਰਿਹਾ ਗੀਤ ਸੁਣਾਈ ਜਾਂਦਾ ਪ੍ਰਵਚਨ ਸੁਣਾਈ ਜਾਂਦਾ ਤੇਰੇ ਪਿੱਛੇ ਕੌਣ ਆ ਉਹਦਾ ਵੀ ਲਿਆਉਣਾ ਉਹਦਾ ਵੀ ਆਉਣਾ ਇੱਥੇ ਪੰਜਾਬ ਮੰਨ ਕੇ ਬਾਹਰ ਆਉਣਾ ਉਹ ਵੀ ਉਹਦੇ ਪਿੱਛੇ ਸਟੇਟ ਕੰਮ ਖੜੀ ਹੈ ਉਹਦੇ ਵਿੱਚ ਏਜੰਸੀਆਂ ਖੜੀਆਂ ਨੇ ਵੀ ਕਿਸੇ ਵੀ ਤਰੀਕੇ ਨਾਲ ਪੰਜਾਬ ਦੇ ਵਿੱਚ ਅੱਗ ਲਾਈ ਜਾਵੇ ਮਾਹੌਲ ਖਰਾਬ ਕੀਤਾ ਜਾਵੇ ਤਾਂ ਸਾਰੇ ਕਾਹੇ ਪੈਸੇ ਚੱਲ ਕੀ ਰਿਹਾ ਇੱਕ ਮਸਲੇ ਦੀ ਦੂਜੇ ਮਸਲੇ ਨਾਲ ਦੂਜੇ ਦੀ ਤੀਜੇ ਨਾਲ ਸਾਰਿਆਂ ਦੀ ਕੜੀ ਜੁੜਦੀ ਹੈ ਇਹਨੂੰ ਅਲੱਗ ਨਾ ਕਰਕੇ ਦੇਖੋ ਮੂਸੇਵਾਲ ਦੇ ਕਤਲ ਦਾ ਗੱਲ ਆ ਜਿਹੜਾ ਮਾਰਿਆ ਕੋਟਕਪੂਰੇ ਇਹਦੀ ਗੱਲ ਇੱਥੋਂ ਆ ਜਿਹੜਾ ਸਰਸਲੇ ਸਾਧ ਦਾ ਬਾਹਰ ਆਉਣਾ ਇਹ ਸਾਰੀਆਂ ਕੜੀਆਂ ਜੁੜਦੀਆਂ ਨੇ ਜਿੰਨੀਆਂ ਵੀ ਘਟਨਾਵਾਂ ਹੋ ਰਹੀਆਂ ਨੇ ਪੰਜਾਬ ਦੇ ਅੰਦਰ ਜਾਂ ਇਸ ਕਰਕੇ ਇਹ ਸਮਝਣ ਦੀ ਲੋੜ ਹੈ ਕਿ ਇਹ ਜਿਹੜਾ ਮਾਮਲਾ ਬਹੁਤ ਗੰਭੀਰ ਆ ਚਿੰਤਾ ਦਾ ਵਿਸ਼ਾ ਪੰਜਾਬ ਦੇ ਲੋਕਾਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਕਿ ਬਾਈ ਸਮਾਂ ਬਹੁਤ ਮਾੜਾ ਆਉਣ ਵਾਲਾ ਇਕੱਠੇ ਹੋ ਜਾਓ ਸਿਰ ਜੋੜ ਲਓ ਇਹ ਪੂਰੀ ਐ ਤਿੱਖੀ ਨਿਗਾਹ ਰੱਖੋ ਹਰ ਮਸਲੇ ਦੇ ਉੱਤੇ ਕਿ ਕੀ ਹੋ ਰਿਹਾ ਆਪਾਂ ਇਕੱਲਾ ਕਮਲੇ ਕਮਲ ਕੁੱਟੀ ਜਾਂਦੇ ਹਾਂ ਆਪਦੀ ਮਸਤੀ 'ਚ ਤੁਰੇ ਫਿਰਦੇ ਹਾਂ ਜਾਂ ਆਪਦੇ ਕੰਮਾਂ ਕਾਰਾਂ 'ਚ ਤੁਰੇ ਫਿਰਦੇ ਹਾਂ ਜਾਂ ਇੱਕ ਦੂਜੇ ਦੀਆਂ ਲੱਤਾਂ ਖੇਡਦੇ ਤੁਰੇ ਫਿਰਦੇ ਹਾਂ ਅਗਲਾ ਸਾਨੂੰ ਲਗਾਤਾਰ ਵੜਾਂਗਾ ਕਰਦਾ ਤੁਰਿਆ ਹੁੰਦਾ ਸਾਡੇ ਜੜ੍ਹਾਂ ਨੂੰ ਪਿਆ ਹੋਇਆ ਵਾਰੀ ਪਾਈ ਹੋਈ ਹੈ ਵੜਦਾ ਤੁਰਿਆ ਹੁੰਦਾ ਸੋ ਸੋਚੋ ਯਾਰ ਬਹੁਤ ਚਿੰਤਾ ਦਾ ਵਿਸ਼ਾ ਪੰਜਾਬ ਦੇ ਇੱਕ ਬਾਈ ਕੁਛ ਵੀ ਘਟਨਾ ਹੁੰਦੀ ਆ ਪੰਜਾਬ ਦੇ ਵਿੱਚ ਦਿੱਲੀ ਪੁਲਿਸ ਹਰ ਕਿਸੇ ਨੂੰ ਫੜਦੀ ਆ ਮਤਲਬ ਇੱਕ ਚੀਜ਼ ਤਾਂ ਪੱਕੀ ਹੋ ਗਈ ਵੀ ਪੰਜਾਬ 'ਚੋਂ ਚਾਹੇ ਕੋਈ ਗੈਂਗਸਟਰ ਭੱਜੇ ਚਾਹੇ ਕੋਈ ਵਾਰਦਾਤ ਹੋ ਜੇ ਜਿਹੜੇ ਕਾਤਲ ਜਾਂ ਸੁਭਾਵਿਕ ਮੁਜਰਮ ਕਹੀਏ ਜਿਨ੍ਹਾਂ 'ਤੇ ਦੋਸ਼ ਲੱਗਣਗੇ ਐਂ ਵੀ ਕਹਿ ਸਕਦਾ ਸਿੱਧਾ ਕਾਤਲ ਨਾ ਵੀ ਕਹੀਏ ਤਾਂ ਉਹ ਬੰਦੇ ਦਿੱਲੀ ਪੁਲਿਸ ਹੀ ਫੜਦੀ ਆ ਆਪਣੇ ਵਾਲੇ ਮੈਂ ਪਹਿਲਾਂ ਵੀ ਇੱਕ ਬੰਦੇ ਨੂੰ ਇਹ ਸਵਾਲ ਪੁੱਛਿਆ ਆਪਣੇ ਵਾਲੀ ਬਾਲੇ ਨਿਕੰਮੇ ਕਿ ਉਹ ਬਾਲੇ ਤੇਜ਼ ਆ ਗੱਲ ਕੀ ਆ ਗੱਲ ਅਸਲ ਨਗਰੀ ਤਾਂ ਪਤਾ ਕੀ ਆ ਦੇਖੋ ਇਹ ਨਹੀਂ ਹੈਗਾ ਕਿ ਪੰਜਾਬ ਪੁਲਿਸ ਨਿਕੰਮੀ ਹੈ ਜਾਂ ਪੰਜਾਬ ਪੁਲਿਸ ਫੇਲ ਹੋਈ ਪੰਜਾਬ ਪੁਲਿਸ ਦਾ ਸ਼ੱਕਾ ਮੈਨੂੰ ਲੱਗਦਾ ਕਿ ਭਾਰਤ ਨਹੀਂ ਦੁਨੀਆਂ 'ਚ ਵੀ ਡੰਕਾ ਵੱਜਿਆ ਦਲੇਰ ਵੀ ਹੈਗੇ ਯੂਰਤ ਵੀ ਰੱਖਦੇ ਕੰਮ ਕਰਨ ਦਾ ਸਲੀਕਾ ਤਰੀਕਾ ਵੀ ਹੈਗਾ ਤੇਜ਼ ਤਰਾਰ ਵੀ ਹੈਗੇ ਆ ਪਰ ਹੈਰਾਨੀ ਵਾਲੀ ਗੱਲ ਦੇਖੋ ਕਿ ਕਤਲ ਪੰਜਾਬ 'ਚ ਹੁੰਦਾ ਜ਼ਿੰਮੇਵਾਰੀ ਕੋਈ ਬਾਹਰਲੇ ਮੁਲਕ 'ਚ ਬੈਠਾ ਲੈਂਦਾ ਅਤੇ ਫੜਦੀ ਦਿੱਲੀ ਪੁਲਿਸ ਹੈ ਹੁਣ ਇਹ ਸਾਰੇ ਵਰਤਾਰੇ ਨੂੰ ਸਮਝੋ ਕਿ ਪੰਜਾਬ ਨੂੰ ਅਲੱਗ ਥਲੱਗ ਕਰਨ ਲਈ ਪੰਜਾਬ ਦੇ ਵਿੱਚ ਖਾਨਾ ਜੰਗੀ ਦਾ ਮਾਹੌਲ ਇੱਕ ਜਿਹੜਾ ਬਣਾਇਆ ਜਾ ਰਿਹਾ ਅਸਥਿਰਤਾ ਪੈਦਾ ਕੀਤੀ ਜਾ ਰਹੀ ਹੈ ਪੰਜਾਬ ਦੇ ਅੰਦਰ ਇਹ ਕਿਉਂ ਹੋ ਰਿਹਾ ਇਹ ਇਹ ਕਿਵੇਂ ਹੋ ਸਕਦਾ ਟੀਨੂ ਭੱਜਦਾ ਜੀ ਮਾਨਸਾ ਪੁਲਿਸ ਤੋਂ ਫੜਦੇ ਰਾਜਸਥਾਨ 'ਚ ਦਿੱਲੀ ਪੁਲਿਸ ਵਾਲੇ ਹੈ ਆ ਪ੍ਰੇਮੀ ਦਾ ਕਤਲ ਹੁੰਦਾ ਜੀ ਦੂਜੇ ਦਿਨ ਹੀ ਆ ਕੇ ਫੜ ਲੈਂਦੇ ਦਿੱਲੀ ਸਪੈਸ਼ਲ ਸੈੱਲ ਵਾਲੇ ਜੀ ਔਰ ਮੈਂ ਹੈਰਾਨ ਹਾਂ ਉਹ ਸਪੈਸ਼ਲ ਸੈੱਲ ਦਾ ਇੰਚਾਰਜ ਬਿਆਨ ਦੇ ਰਿਹਾ ਇੰਟਰਵਿਊ ਕਰ ਰਿਹਾ ਕਿ ਜੀ ਸਾਡੇ ਕੋਲ ਜਤਿੰਦਰ ਦੀ ਪੁਰਾਣੀ ਇੱਕ ਫੋਟੋ ਸੀ ਜਦੋਂ ਦੇਖੀ ਜਤਿੰਦਰ ਦੀ ਫੋਟੋ ਆ ਗਈ ਇਹ ਸਾਨੂੰ ਪਹਿਲਾਂ ਕਈ ਮਾਮਲਿਆਂ 'ਚ ਲੋੜੀਦਾ ਸੀ ਅਤੇ ਅਸੀਂ ਇਹਦਾ ਪਿੱਛਾ ਕੀਤਾ ਫੜ ਲਿਆ ਅੱਛਾ ਪਿੰਡ 'ਚ ਪਤਾ ਵੀ ਨਹੀਂ ਲੱਗਦਾ ਜਦੋਂ ਦਿੱਲੀ ਪੁਲਿਸ ਨੂੰ ਫੜ ਕੇ ਲਿਆ ਤਾਂ ਇਹਨਾਂ ਨੂੰ ਪਿੰਡ 'ਚ ਨਹੀਂ ਕੋਈ ਪਤਾ ਲੱਗਦਾ ਵੀ ਕੀ ਕੰਮ ਗੱਲਬਾਤ ਜਿਵੇਂ ਚੁੱਪ ਕਰਕੇ ਆਪਾਂ ਜਵਾਕ ਨੂੰ ਚੱਕ ਕੇ ਲੈ ਜਾਣਾ ਹੁੰਦਾ ਤਾਂ ਇਹ 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 ਜਿਹੜਾ ਸਿਸਟਮ ਵਾਪਰ ਰਿਹਾ ਤਾਂ ਇਹਦਾ ਜਿਹੜਾ ਆਪਾਂ ਨੂੰ ਫਾਇਦਾ ਇਹੋ ਜਿਹੀਆਂ ਗੱਲਾਂ ਦਾ ਉਹ ਆਲ ਓਵਰ ਕਿਹਨੂੰ ਹੋਣਾ ਜਾ ਕੇ ਇਹ ਸੋਚੋ ਨਾ ਕਿ ਜੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣਦਾ ਤਾਂ ਉਹਦਾ ਫਾਇਦਾ ਕਿਹਨੂੰ ਹੋਣਾ ਅਤੇ ਉਹ ਕਰਾ ਕੌਣ ਰਿਹਾ ਮੈਂ ਤਾਂ ਪਹਿਲੇ ਦਿਨ ਤੋਂ ਇਹ ਗੱਲ ਕਹਿੰਦਾ ਆ ਰਿਹਾ ਕਿ ਸਿੱਧੂ ਮੂਸੇਵਾਲ ਦਾ ਕਤਲ ਹੋਣਾ ਪਿੱਛੇ ਏਜੰਸੀਆਂ ਦਾ ਹੱਥ ਆ ਆਹ ਜਿਹੜਾ ਕੰਮ ਵਾਪਰ ਰਿਹਾ ਸਾਰਾ ਏਜੰਸੀਆਂ ਦਾ ਕਰਕੇ ਵਾਪਰ ਰਿਹਾ ਉਹਨਾਂ ਦੇ ਬੰਦੇ ਉਹਦੀਆਂ ਆ ਕੇ ਉਹ ਪੇਸ਼ ਹੁੰਦੇ ਨੇ ਸੈਟਿੰਗ ਦੇ ਨਾਲ ਜਾਂ ਕੀ ਉਹਨਾਂ ਦਾ ਕੰਮ ਚੱਲ ਰਿਹਾ ਹੈ ਇਹ ਸਾਰੀ ਗੱਲ ਉੱਥੇ ਖੜੀ ਹੈ